ਦੇਖੋ ਬਿਲਕੁਲ ਜਰਨੈਲ ਨੇ ਬਿਲਕੁਲ ਨੇ, ਮੈਂ ਤਾਂ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਜੀ। ਇਹ ਨਵਜੋਤ ਸਿੰਘ ਸਿੱਧੂ DTO ਲੱਗਿਆ ਸੀ, ਉਹਦੇ ਮੇਰੇ ਕੋਲ ਕਿਹੜੀ ਗੱਡੀ ਸੀ, ਨਹੀਂ ਸੀ। ਇਹ ਉਹਦੇ ਟਾਇਰ 'ਚ ਹਵਾ ਭਰਦਾ ਰਿਹਾ ਜਿਹੜਾ, ਇਹਨੂੰ ਪਤਾ ਆ ਰਹੀ ਸੀ ਕਿ ਨੀਲੀ ਸੀ। ਮੇਰਾ ਗਰੀਬ ਦਾ ਕੀ ਮੈਸੇਜ ਹੋ ਸਕਦਾ ਜੀ, ਸਤਿਕਾਰਯੋਗ ਨੇ ਸਾਡੇ ਤਾਂ ਬਜ਼ੁਰਗਾਂ ਸਮਾਨ ਨੇ ਜੀ। ਕੋਈ ਜੀ ਸਾਰੇ ਲੀਡਰ ਕਹਿੰਦੇ ਸੀ ਕਿ ਬ੍ਰਹਮਪੁਰਾ ਸਾਹਿਬ ਮਾਝੇ ਦੇ ਜਰਨੈਲ ਨੇ, ਔਰ ਮਾਝੇ ਦੇ ਜਰਨੈਲ ਨੇ ਜਦੋਂ ਅਸਤੀਫਾ ਦੇਤਾ ਤੇ ਫਿਰ ਪਿੱਛੇ ਫੌਜ ਕੀ ਕਰੂਗੀ? ਦੇਖੋ ਬਿਲਕੁਲ ਜਰਨੈਲ ਨੇ ਬਿਲਕੁਲ ਨੇ, ਮੈਂ ਤਾਂ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਰਹੇ ਜੀ। ਸਾਡੇ ਸਤਿਕਾਰਯੋਗ ਨੇ, ਬਾਲ ਸਾਹਿਬ ਦੇ ਨਾਲ ਸਾਥੀ ਰਹੇ ਆ, ਬਾਲ ਸਾਹਿਬ ਦੇ ਹਾਣੀ ਨੇ, ਸਤਿਕਾਰਯੋਗ ਨੇ, ਮਾਝੇ ਦੇ ਜਰਨੈਲ ਬਿਲਕੁਲ ਨੇ, ਮੈਂ ਆਪ ਮੰਨਦਾ ਉਹਨਾਂ ਨੂੰ। ਵਿਕਰਮ ਜੀ, ਨਵਜੋਤ ਸਿੰਘ ਸਿੱਧੂ ਵੱਲੋਂ ਜੋ ਸ਼ਬਦਾਵਲੀ ਯੂਜ਼ ਕੀਤੀ ਜਾ ਰਹੀ ਆ ਰਾਜਨੀਤੀ ਉਹ ਕਰਦੇ ਆ, ਨੀਂਦ ਆਉਂਦੀ ਆ ਬੰਦੇ ਤੇ, ਮਾਨਸਿਕ ਸੰਤੁਲਨ ਵਿਗੜ ਸਕਦਾ। ਪਰਮਾਤਮਾ ਉਹਨਾਂ ਨੂੰ ਵੀ ਸਮਤ ਬਖਸ਼ਣ, ਅਸੀਂ ਤਾਂ ਉਹਨਾਂ ਲਈ ਵੀ ਅਰਦਾਸ ਕਰਾਂਗੇ ਕਿ ਐਡੇ ਮੰਤਰੀ ਬਣ ਗਏ ਹੋ ਤੁਸੀਂ, ਕੋਈ ਵਧੀਆ ਤਰੀਕੇ ਨਾਲ ਲੋਕਾਂ ਨਾਲ ਤਾਂ ਵਧੀਆ ਤਰੀਕੇ ਨਾਲ ਬੋਲਣ ਨਾ। ਐਡੀ ਕੜੱਤਣ, ਇਹ ਜੇ ਅਲਫਾਜ ਵਰਤੇ ਨਾਲ ਕਿਸੇ ਦਾ ਕੱਦ ਉਹਨਾਂ ਦਾ ਤਾਂ ਨਹੀਂ ਉੱਚਾ ਹੋ ਜਾਣਾ। ਰੱਬ ਉਹਨਾਂ ਨੂੰ ਹੌਸਲਾ, ਠਰੰਮਾ, ਪਿਆਰ, ਗਰੀਬਾਂ ਦਾ ਦਰਦ, ਗਰੀਬਾਂ ਨਾਲ ਇਨਸਾਫ, ਮੈਂ ਤਾਂ ਇਹੀ ਕਹੂੰਗਾ ਕਿ ਉਹ ਸੋਚ ਘਟੀਆ ਸੀ ਜਦੋਂ ਬੀਬੀ ਜੀ ਦੇ ਸਾਹਮਣੇ ਐਡਾ ਵੱਡਾ ਹਾਦਸਾ ਵਾਪਰਿਆ, ਉਹਨਾਂ ਦੀ ਅਣਗਹਿਲੀ ਕਰਕੇ ਉੱਥੋਂ ਭੱਜ ਗਏ। ਇੱਕ ਪਾਸੇ ਤੁਸੀਂ ਕਹਿੰਦੇ ਮੇਰਾ ਪਰਿਵਾਰ, ਫਿਰ ਪਰਿਵਾਰ ਨੂੰ ਕੋਈ ਛੱਡ ਕੇ ਭੱਜਦਾ ਔਖੇ ਵੇਲੇ? ਨਹੀਂ, ਉੱਥੇ ਖਲੋਂਦੇ। ਅਤੇ ਜੇ ਅਸੀਂ ਉਸ ਉਹਨਾਂ ਦੀ ਇਨਸਾਫ ਦੀ ਗੱਲ ਕਰਤੀ ਤਾਂ ਇਹਨਾਂ ਦੇ ਢਿੱਡ ਪੀੜ ਹੋਣ ਲੱਗ ਪਈ। ਇਸ ਤਰ੍ਹਾਂ ਜਿਵੇਂ ਬੌਂਦਲੇ ਵਾਂਗੂ ਰੌਲਾ ਪਾਈ ਫਿਰਦੇ ਆ, ਕਹਿਣ ਨੂੰ ਤਾਂ ਮੈਂ ਵੀ ਬਹੁਤ ਕੁਛ ਕਹਿ ਸਕਦਾ, ਮਗਰ ਮੈਂ ਫਿਰ ਅੱਜ ਰੱਬ ਅੱਗੇ ਅਰਦਾਸ ਕਰੂੰ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਨਾ ਸ਼ਾਂਤੀ ਮਿਲੇ, ਇਹ ਪਿਆਰ ਨਾਲ ਗੱਲ ਕਰਨੀ ਸਿੱਖਣ। ਪਰਿਵਾਰ 'ਚ ਵੀ ਮੈਂ ਤਾਂ ਬੇਨਤੀ ਕਰੂੰਗਾ ਇਹਨਾਂ ਦੇ ਬੱਚਿਆਂ ਨੂੰ ਕਿ ਇਹਨਾਂ ਨੂੰ ਬਾਪੂ ਜੀ ਨੂੰ, ਆਪਦੇ ਨੂੰ, ਸਿੱਧੂ ਸਾਹਿਬ ਨੂੰ ਕੁਛ ਮੱਕਲ ਦੇਣ। ਇਸ ਤਰ੍ਹਾਂ ਹੈ, ਇਸ ਤਰ੍ਹਾਂ ਹੈ, ਇਹਨਾਂ ਨੇ ਅੱਜ ਮੈਂ ਵੇਖ ਰਿਹਾ ਸੀਗਾ ਜ਼ਿਕਰ ਕੀਤਾ ਸੀ, ਇਹਨਾਂ ਦੇ ਫੈਕਟਸ ਰੋਂਗ ਨੇ। ਬਾਦਲ ਉਦੋਂ ਜਦੋਂ ਇਹਨਾਂ ਨੇ ਸਿਆਸੀਕਰਨ ਕੀਤਾ ਸੀ ਇੱਕ ਐਕਸੀਡੈਂਟ ਦਾ ਮੋਗੇ 'ਚ, ਉਦੋਂ 25 ਲੱਖ ਰੁਪਈਆ ਪਰਿਵਾਰ ਨੂੰ ਉਦੋਂ ਟਰਾਂਸਪੋਰਟ ਕੰਪਨੀ ਨੇ ਦਿੱਤਾ ਸੀ। ਸਿਆਸੀਕਰਨ ਇਹਨਾਂ ਨੇ ਉਦੋਂ ਕੀਤਾ ਸੀ ਬਹੁਤ। ਅੱਜ ਅਸੀਂ ਸਿਆਸੀਕਰਨ ਨਹੀਂ ਕਰ ਰਹੇ, ਅਸੀਂ ਤਾਂ ਸਿੰਪਲ ਇੱਕ ਬੇਨਤੀ ਕਰ ਰਹੇ ਹਾਂ ਕਿ ਤੁਹਾਡੀ ਹੁਣੇ ਮਹੀਨਾ ਪਹਿਲਾਂ 1 ਕਰੋੜ ਰੁਪਈਆ ਦਿੱਤਾ ਪੰਜਾਬ 'ਚ ਮਦਦ ਦੇ ਮੁਆਵਜ਼ੇ ਦੇ ਤੌਰ 'ਤੇ। ਮਦਦ ਜਦੋਂ ਇਹ ਹਾਦਸਾ ਉੱਥੇ ਵਾਪਰਿਆ, ਅਸੀਂ ਨੌਕਰੀਆਂ ਵੀ ਦਿੱਤੀਆਂ, 10-10 ਲੱਖ ਰੁਪਈਆ ਦਿੱਤਾ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦਿੱਤਾ। ਮੈਨੂੰ ਜੋ ਪੂਰਾ ਅੰਦਾਜ਼ਾ ਲੱਗਦਾ ਕੋਈ 20 ਲੱਖ 'ਤੇ ਇੱਕ ਨੌਕਰੀ, ਨੌਕਰੀ ਤਾਂ ਉਹੀ ਚੱਲ ਰਹੀ ਆ ਜਿਹੜੇ ਉਹ ਦੋ ਪਰਿਵਾਰ ਸਨ, ਮਗਰ ਇਹਨਾਂ ਨੇ ਉਹਦੇ 'ਚ ਰਾਜਨੀਤੀ ਕਰਨੀ ਸੀ, ਇਹਨਾਂ ਨੇ ਕਰੋੜ ਕਰਤਾ। ਮੈਂ ਅੱਜ ਵੀ ਇਹ ਬੇਨਤੀ ਕਰਦਾ ਕਿ ਪੈਮਾਨਾ ਤੁਸੀਂ ਸੈੱਟ ਕੀਤਾ ਸੀ, ਰਾਜਨੀਤੀ ਕਰਨ ਨਹੀਂ ਕਹਿ ਰਹੇ ਕੋਈ ਪੰਜਾਬੀ ਹੈ। ਦੇਖੋ ਗਰੀਬ ਬੰਦੇ ਨੇ, ਜੇ ਕਿਸੇ ਗਰੀਬ ਦੀ ਹੱਥ ਫੜਨਗੇ ਤਾਂ ਦੁਆ ਗਰੀਬ ਤਾਂ ਇਹਨਾਂ ਨੂੰ ਹੀ ਦਊਗਾ। ਅਸੀਂ ਤਾਂ ਇਹਨਾਂ ਨੂੰ ਆਪਦੇ ਫਰਜ਼ ਦੀ, ਇਹਨਾਂ ਦੇ ਫਰਜ਼ ਯਾਦ ਕਰਾ ਰਹੇ ਹਾਂ ਕਿ ਇੱਕ ਜ਼ਿੰਮੇਵਾਰ, ਅੱਜ 10ਵਾਂ 11ਵਾਂ ਦਿਨ ਚੜ੍ਹ ਗਿਆ, ਕੋਈ ਜ਼ਿੰਮੇਵਾਰ ਹੈ ਕਿ ਨਹੀਂ ਹੈ? ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਮੌਕੇ 'ਤੇ ਭੱਜੇ, ਫਰਾਰ ਹੋਏ, ਦਰਦ ਨਹੀਂ ਸਮਝਿਆ ਤੁਸੀਂ? ਇੱਕ ਜੇ ਤੁਹਾਡੇ ਪਰਿਵਾਰ ਦੇ ਕਿਸੇ ਰੱਬ ਨਾ ਕਰੇ ਕਿਸੇ ਨਾਲ ਹਾਦਸਾ ਹੁੰਦਾ ਤਾਂ ਬੰਦਾ ਲੋੜਵੰਦ ਦੀ ਮਦਦ ਕਰਦਾ, ਇਹ ਪੁੱਠੇ ਪਾਸੇ ਭੱਜਣਾ? ਅਤੇ ਫਿਰ ਇੱਕ ਲਾਸਟ ਮੇਰੀ ਬੇਨਤੀ ਜੀ, ਮਦਦ ਕਰਨ ਦੀ ਜਗ੍ਹਾ ਤੁਸੀਂ ਕਹਿੰਦੇ ਹੋ ਕਿ ਤੁਸੀਂ 5 ਲੱਖ ਨਾਲ ਕਿਸੇ ਉਹਨਾਂ ਦੇ ਨਿਆਣੇ ਮੁੜੇ ਆਉਣੇ ਆ? ਨਹੀਂ, ਉਹਨਾਂ ਦੀ ਸਾਰੀ ਜ਼ਿੰਦਗੀ, ਜਿਹੜੇ ਪਰਮਾਨੈਂਟਲੀ ਡਿਸੇਬਲਡ ਹੋ ਗਏ ਉਹਨਾਂ ਦੀ ਨੌਕਰੀ ਦੀ ਗੱਲ ਕਰੋ, ਉਹਨਾਂ ਨੂੰ ਵੱਡੇ ਮੁਆਵਜ਼ੇ ਦੀ ਗੱਲ ਕਰੋ, ਕਿਉਂਕਿ ਤਾਂ ਉਮਰ, ਸਾਰੀ ਉਮਰ ਪਈ ਆ ਸਾਹਮਣੇ, ਕੰਮ ਤਾਂ ਕਰਨ ਜੋਗੇ ਨਹੀਂ ਰਹੇ। ਦੇਖੋ ਮੈਂ ਨਹੀਂ, ਬਿਲਕੁਲ ਦੇਖੋ, ਇਹ DTO ਲੱਗਿਆ, ਇਹ ਨਵਜੋਤ ਸਿੰਘ ਸਿੱਧੂ DTO ਲੱਗਿਆ ਸੀ, ਉਹਦੇ ਮੇਰੇ ਕੋਲ ਕਿਹੜੀ ਗੱਡੀ ਸੀ, ਨਹੀਂ ਸੀ? ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਮੈਂ ਬੜੇ ਦਿਨ ਦੀ ਹਰੀ ਕਾਲਜ ਦੀ ਗੱਲ ਸੁਣ ਰਿਹਾ, ਇਹ ਉਹਦੇ ਟਾਇਰ 'ਚ ਹਵਾ ਭਰਦਾ ਰਿਹਾ ਜਿਹੜਾ, ਇਹਨੂੰ ਪਤਾ ਹਰੀ ਸੀ ਕਿ ਨੀਲੀ ਸੀ? ਮੈਂ ਅੱਜ ਵੀ ਬੇਨਤੀ ਕਰਦਾ ਰੱਬ ਦੀ ਮਿਹਰ ਨਾਲ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਮੇਰੇ ਪਰਿਵਾਰ ਕੋਲ ਰੱਬ ਨੇ ਕਿਹੜੀ ਗੱਡੀ ਸੀ, ਨਹੀਂ ਸੀ, ਇਹ ਮੈਂ ਇਸ ਗੱਲ 'ਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਇਹ ਛੋਟਾਪਨ ਹੈ, ਹੋਸ਼ਾਪਨ। ਮਗਰ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ, ਉਮਰ ਵੀ ਸਿਆਣੀ ਹੈ ਅਤੇ ਗੱਲਾਂ ਵੀ ਸਿਆਣੀ ਕਰਨ, ਅਹੁਦੇ ਵੀ ਸਿਆਣੇ 'ਤੇ ਬੈਠੇ ਆ, ਕੋ ਅਕਲ ਵਾਲੀ ਗੱਲ ਕਰਨ, ਅਤੇ ਥੋੜ੍ਹੀ ਜਿਹੜੀ ਵੱਧ ਜ਼ਬਾਨੀ ਹਰੇਕ ਨਾਲ ਵਰਤਦੇ ਆ ਨਾ, ਪਰਮਾਤਮਾ ਇਹਨਾਂ ਨੂੰ ਨਹੀਂ, ਮੈਂ ਸਮਝਦਾ ਇਹ ਨਹੀਂ ਠੀਕ ਹੋ ਸਕਦੇ, ਰੱਬ ਕੋਈ ਇਹਨਾਂ ਨੂੰ ਸਮਤ ਬਖਸ਼ੇ
कोई वधिया लफ्ज थोड़े लिए भी वरतन साढ़े लिए भी वर विरोधी विरोधी है ठीक है विरोध ने विरोधी का विरोधी धिर आप की एक जिम्मेवारी होंगी मगर तुम गल तो चंगी तरह भी कर सकते हो तो गुरु इन्हों समत बख्शन अकल बख्शन नहीं तो समा आते फिर लोगों ने बख्शी देनी जो सिद्धू ने पीड़ित परिवार के बच्चे गोद लैन का ऐलान किया पर सिर्फ कह एक मैं गल दसा नहीं देखो फिर मैं कुछ कहूँगा ये अज समा नहीं है गल्ला कह मगर ये बहुत कुछ कहेंदे आ ये मजीठिए कहेंदे सी मेरा छोटा वीर कहेंदे सी ना तो अज छोटा वीर इन्हों वीर नहीं दिसदा ये कहेंदे सी आंधियों में जो जिया जलता हुआ मिल जाएगा उस दिए को पूछना मेरा पता मिल जाएगा तो वह पता सानू दसदा सी सरदार वीर सिंह लोपो के तो मजीठिए ने जिदा इनका पता दसदा नहीं तो पता तो रुड़ चलिया उदो एम पी की इलैक्शन से सोनी तो चढ़ गया उत्ते जे बचाया सी ते असी बचाया सी आ रणीके साहब खलोते है मजीठा हलका हो गया लोपोके साहब का राजा संसी हलका हो गया उदों साडे लई इह शब्द सन मगर चलो सियासत च कदे उतरा चढ़ा है बिल्कुल जी बिल्कुल वह हंकारी बंदे है मैं नहीं उन्हां दा मुकाबला इस हंकार च करना चाहुंदा ना मैं उहो जे लफ्ज उन्हां वर्गे वरतना चाहुंदा मैनू उहो जे हंकार दी लोड़ भी नहीं रब मैनू समत बख्शे ते रब होर इन्हां नूं भी अकल बख्शे पता नहीं हुण ये रब नूं भी क्योंकि मनदे नहीं मनदे तो मैं नहीं कह सकदा क्योंकि इन्हां ने आप दे घरे दसे किहड़े इन्हां दे घर रहिंदे आ वो साबी शवाले वाला आ साबी शवाले वाला तो एक वो जिगड़ा कि दूजे का अंजसबीर अनगढ़ वो जे रब इन्हां नूं मुबारक इन्हें कहा कि पीड़ित परिवार के बच्चे मैं गोद लूँगा दस दिन हो गए योजी कोई फॉर्मैलिटी कंप्लीट नहीं की गई ये तो बहुत कुछ कहें जी इन्हों का यह मोटर माउथ तो एक अंग्रेजी का शब्द हों मोटर माउथ समझते तो की होंगे जोड़ा इस तरह चलता ही रहा ये रात सुते पे भी बोली जाते हैं इसलिए की कहें की नहीं कहेंदे मैं उस बारे टिप्पणी नहीं करना चाहता थोनों भी पता मैनू भी पता किसी की जिंदगी तुम उजाड़ दौ कि परिवार के परिवार तबाह कर दौ तो फिर तुम झूठ मतलब गल् यह जी करो किसी गोद लेना मापे उन्होंने मुड़ जाने जी किसी के मापे हर बंदे आपके मापे प्यारे को गरीब हो को अमीर हो माँ तो प्यो का बहुत व्डा सत्कार होंगे हाँ जी आम आदमी पार्टी चुप नजर आ रही रेल तेन पाओ कही दिनेश मेरे ना गल करो थैंक यू धन्यवाद ये हैं बिक्रम सिंह मजीठिया हाँ जी आम आदमी पार्टी चुप नजर आ रही नहीं चुप नहीं आ रही जी नज़र आम आदमी पार्टी सुखपाल खहरा स्पोक्सपर्सन नवजोत सिंह सिद्धू का बन गया होर कुछ नहीं नज़र आ रहा बिक्रम सिंह मजीठिया जिन्होंने मीडिया के नाल गलबात की और इन्हों का कहना कि नवजोत सिंह सिद्धू वालों भावें इस पूरे मामले पर बयानबाजी की जा रही है इसके नाल ही उन्होंने सब तो वड्डा इल्जाम जो है आम आदमी पार्टी से लाउंदिया कहा कि सुखपाल सिंह खहरा आम आदमी पार्टी के नेता ना हो के नवजोत सिंह सिद्धू का स्पोक्सपर्सन होने का रोल अदा कर रहे हैं कैमरामैन हरजिंदर सिंह के नाल राजीव शर्मा दैनिक सवेरा अमृतसर।